Alô, Vikram Jeet, ਕਿੱਥੇ ਰਹਿੰਦੇ ਹੋ ਤੁਸੀਂ? ਪੰਜਾਬ 'ਚ ਰਹਿੰਦਾ ਜੀ। ਪੰਜਾਬ ਤਾਂ ਹੈ ਪਰ ਕਿਹੜੀ ਜਗ੍ਹਾ, ਕਿਹੜਾ ਪਿੰਡ ਹੈ ਤੁਹਾਡਾ ਜਾਂ ਸ਼ਹਿਰ ਆ? ਹੈ ਜੀ, ਤਰਨ ਤਾਰਨ। ਅੱਛਾ, ਤੋ ਤੁਸੀਂ ਨੌਕਰੀ ਪਾਲ ਰਹੇ ਹੋ? ਕੀ ਕਿੰਨੇ ਪੜ੍ਹੇ ਹੋ ਤੁਸੀਂ? 12। ਆ ਜਿਹੜੀ ਕਾਲ ਅਸੀਂ ਤੁਹਾਨੂੰ ਕੀਤੀ ਹੈ, ਤੁਹਾਨੂੰ ਆ ਗਈ ਹੋਣੀ ਹੈ ਕਾਲ ਇੱਕ ਇਸ ਤੋਂ ਪਹਿਲਾਂ? ਹਾਂ, ਬਸ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਉਸੀ ਉਹੀ ਨੰਬਰ 'ਤੇ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਕਿੱਥੇ ਜਾਓ। ਤੁਹਾਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਔਰ ਤੁਹਾਨੂੰ ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਨੌਕਰੀ ਦਿਵਾਉਣ ਦੀ, ਇਹੀ ਸਾਡਾ ਪ੍ਰੋਗਰਾਮ ਹੈ ਸਰਕਾਰ ਦਾ ਔਰ ਇਹੀ ਅਸੀਂ ਦੇਖ ਰਹੇ ਹਾਂ। ਵਧੀਆ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਓਕੇ, ਥੈਂਕ ਯੂ। ਤੇਰੇ ਨਾਲ ਹੁਣੇ ਤੁਹਾਡੇ ਨਾਲ ਸੀਐਮ ਸਾਹਿਬ ਗੱਲ ਕਰ ਰਹੇ ਸੀ, ਮੁੱਖ ਮੰਤਰੀ ਜੀ, ਕੈਪਟਨ ਅਮਰਿੰਦਰ ਸਿੰਘ ਜੀ। ਸਭ ਯਕੀਨ ਨਹੀਂ ਆ ਰਿਹਾ, ਇੱਕ ਵਾਰ ਫਿਰ ਕਰਾਵਾਂ। ਡਾਕਟਰ ਰਮੀ ਉਤਰੀ ਵੀ ਇੱਥੇ ਆ। ਆਪਾਂ ਮਿਲੇ ਆ ਪਹਿਲਾਂ ਸਰ? ਥੋੜੇ ਸੱਚ ਜੀ, ਕਿੱਥੇ ਮਿਲੇ ਆਪਾਂ? ਅੱਛਾ, ਨਹੀਂ ਬੇਟਾ, ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਔਰ ਕੋਸ਼ਿਸ਼ ਸਾਡੀ ਹੈ ਕਿ ਜਿਹੜੇ ਆਪਣੇ ਤੁਹਾਡੇ ਵਰਗੇ ਬੱਚੇ ਬੈਠੇ ਨੇ, ਅਸੀਂ ਉਹਨਾਂ ਨੂੰ ਨੌਕਰੀ ਕੋਈ ਦਵਾ ਸਕੀਏ। ਔਰ ਤੁਹਾਨੂੰ ਆਹੀ ਨੰਬਰ ਜਿਹੜਾ ਪਹਿਲਾਂ ਆਇਆ ਸੀ ਉਸੇ ਨੰਬਰ 'ਤੇ ਤੁਹਾਨੂੰ ਟੈਲੀਫੋਨ ਆਊਗਾ, ਜਦ ਅਸੀਂ ਭਾਲ ਲਾਂਗੇ ਤੁਹਾਡੇ ਵਾਸਤੇ। ਅੱਛਾ ਬੇਟਾ,